ਖਬਰੀ ਖਿਡਾਰੀ ਦੇ ਭੀਰੀ ਇੱਧਰ ਸਾਡੇ ਵੀਰ ਭੰਬੀਰੀ ਇਸੇ ਨਗਰ ਦਾ ਮਾਣ ਹੈ ਬਾਈ ਜੀ ਵਿਸਲ ਮਾਰ ਦਿਓ ਮੈਚ ਸ਼ੁਰੂ ਹੋਣ ਜਾ ਰਿਹਾ ਰਾਜ ਇੱਕ ਮਿੰਟ ਮੈਚ ਦੱਸੀਏ ਪਾਸੇ ਇੱਕ ਵਾਰੀ ਆਪਾਂ ਦੋਨਾਂ ਟੀਮਾਂ ਦੇ ਦਰਮਿਆਨ ਧਰਮਕੋਟ ਦੀ ਟੀਮ ਖੇਤਾਂ ਵਾਲੀ ਸਾਈਡ ਹੈ ਤੇ ਦੂਜੇ ਪਾਸੇ ਡਰੋਲੀ ਭਾਈ ਲਓ ਦੋਨਾਂ ਟੀਮਾਂ ਦੇ ਦਰਮਿਆਨ ਰਿੰਪਾ ਕਲੱਬ ਡਰੋਲੀ ਭਾਈ ਹਾਂਜੀ ਉਧਰ ਸਾਈਡਾਂ ਨੋਟ ਕਰਵਾ ਦਿੱਤੀਆਂ ਹੈ ਇਧਰ ਐਲਈਡੀ ਵਾਈ ਮਾਨ ਸਮਾਨ ਤੋਂ ਗੁਰਸੇਵ ਸਿੰਘ ਜੀ ਸੰਧੂ ਸਾਹਿਬ ਸ਼ਾਹ ਵਾਲੀ ਕੈਨੇਡਾ ਵਿੱਚ ਬੈਠੇ ਲਾਈਵ ਤੱਕ ਰਹੇ ਨੇ ਵੱਡਾ ਧੰਨਵਾਦ ਇੱਥੇ ਪੁੱਜ ਗਏ ਨੇ ਬਹੁਤ ਬਹੁਤ ਧੰਨਵਾਦ ਹੈ ਬੈਠੇ ਨੇ ਆਪਦੇ ਪਿੰਡ ਵੱਡਾ ਧੰਨਵਾਦ ਹੈ ਹਰਪ੍ਰੀਤ ਸਾਡਾ ਵੀਰ ਫਿੱਡੂ ਉਹ ਵੀ ਪੁੱਜਿਆ ਹੋਇਆ ਬਹੁਤ ਬਹੁਤ ਧੰਨਵਾਦ ਹੈ ਇੱਧਰ ਮਾਨ ਸਮਾਨ ਨਿਹਾਲੀ ਦਾ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਵੀਰੋ ਲਓ ਐਲਈਡੀ ਦੇ ਨਾਲ ਮਾਨ ਸਮਾਨ ਜਿਹੜਾ ਹੋ ਰਿਹਾ ਹੈ ਇੱਧਰ ਸਾਰੇ ਪ੍ਰਬੰਧਕ ਵੀਰ ਨਾਲ ਸਾਡਾ ਬਾਈ ਰਵੀ ਝੰਡਿਆਣੀਆਂ ਗੀਤਾ ਗੋਡਗਰੋਡ ਸਾਰੇ ਭਰਾ ਮਾਨ ਸਮਾਨ ਦੇ ਰਹੇ ਨੇ ਨਿਹਾਲੀ ਨੂੰ ਬਹੁਤ ਬਹੁਤ ਧੰਨਵਾਦ ਲਓ ਮੈਚ ਬੜਾ ਤਗੜਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਾਹ ਇੱਕ ਪਾਸੇ ਡਰੋਲੀ ਭਾਈ ਪਿੰਡ ਵਾਲੀ ਸਾਈਡ ਹੈ ਆ ਮੁੰਡਾ ਕਹਿੰਦੇ ਗਾਉਂਦਾ ਵੀ ਵਧੀਆ ਲਿਖਦਾ ਵੀ ਵਧੀਆ ਤੇ ਕਬੱਡੀ ਵੀ ਬੜੀ ਵਧੀਆ ਖੇਡਦਾ ਤਾਂ ਹੀ ਤੇ ਕੁੱਕੀ ਉੜੀ ਕਹਿੰਦੇ ਸਾਡੇ ਵੀਰ ਵੀ ਇਹਦਾ ਮਾਨ ਸਨਮਾਨ ਕੀਤਾ ਜਾਣਾ ਹੈ ਲਓ ਦੇਖੋ ਸਾਹਮਣੇ ਨੰਬਰ ਰਿੰਪਾ ਕਲੱਬ ਡਰੋਲੀ ਭਾਈ ਦੀ ਟੀਮ ਦੇ ਸੇ ਜਾ ਜੁੜੇ ਲਓ ਭਾਊ ਆ ਧਰਮਕੋਟ ਦੇ ਲੱਖੇ ਦੇ ਪਿੰਡ ਦਾ ਕਬੱਡੀ ਪਾ ਰਿਹਾ ਇੱਕ ਪਾਸੇ ਜਗਤਾਰ ਇਹਨੂੰ ਪਿਆਰ ਨਾਲ ਬਿੱਲੀ ਵੀ ਕਹਿ ਦਿੰਦੇ ਹੈ ਨਾਲ ਲੱਖੀ ਹੈ ਤੇ ਉਰਲੇ ਪਾਸੇ ਭਾਂਗਰਾਂ ਦਾ ਮੁੰਡਾ ਹੈਪੀ ਖੜਾ ਹੈ ਲਓ ਜਾਫੀ ਚਾਰ ਕੀ ਕੱਲੇ ਕੱਲੇ ਗੱਭਰੂ ਤੇ ਰੋਹ ਪੂਰਾ ਚੜਿਆ ਓਏ ਕੌਣ ਜਾਊ ਭੱਜ ਕੌਣ ਜਾਊ ਫੜਿਆ ਲੱਖ ਲੱਖ ਦੀ ਕਬੱਡੀ ਅੱਜ ਪਾਉਣਗੇ ਕੱਲੇ ਕੱਲੇ ਮਿੱਤਰੋ ਓ ਜੱਫਾ ਜਿਹੜੇ ਜਿਹੜੇ ਜਾਫੀ ਨੇ ਲਾ ਦਿੰਦੇ ਹੋ ਜਾਣੀ ਆ ਬੱਲੇ 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 ਮਿੱਤਰੋ ਉਧਰਲੇ ਪਾਸੇ ਬੱਲੇ ਗਣਬ ਦਾ ਫੈਸਲਾ ਮੰਨਣਾ ਪੈਣਾ ਮੇਰੇ ਵੀਰੋ ਐਨ ਪੁਆਇੰਟ ਜਾਫੀ ਨੇ ਆਪਣੀ ਟੀਮ ਦੇ ਖਾਤਰ ਵੀ ਜੋੜ ਦਿੱਤਾ ਹੈ ਲਓ ਅਮਨ ਸੰਧੂ ਵੀ ਪੈਂਦੀ ਸੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਉਧਰ 11 ਤੇ 12 ਤਰੀਕ ਸੱਤੇ ਵਾਲੇ ਦੇ ਖੇਡ ਮੇਲੇ ਦੀਆਂ ਡੇਟਾਂ ਹੈ ਉਧਰ ਸੀਰਾ ਕਬੱਡੀ ਕੋਚ ਸੋਢੀ ਸਾਹਿਬ ਪੁੱਜਿਆ ਹੈ ਪ੍ਰੇਮ ਸਿੰਘ ਜੀ ਸੋਢੀ ਸਾਹਿਬ ਹੁਣੀ ਪੁੱਜੇ ਨੇ 26 ਤਰੀਕ ਪੁਈਆਂ ਵਾਲੇ ਦੇ ਖੇਡ ਮੇਲੇ ਦੀਆਂ ਡੇਟਾਂ ਹੈ 14 ਤੇ 15 ਤਰੀਕ ਭਿੰਡਰਕਲਾਂ ਦੀ ਧਰਤੀ ਦੇ ਵੀ ਇਕੱਠੇ ਹੋਵਾਂਗੇ ਇਧਰਲੇ ਪਾਸੇ ਦੇਖੋ ਮਣੀ ਧੂੜ ਪਿੰਡ ਵਾਲਾ ਦੱਸਦਾ ਹੈ ਵੀ ਪੁਆਇੰਟ ਅਮਨ ਸੰਧੂ ਆਪਣੀ ਟੀਮ ਦੇ ਖਾਤਰ ਵੀ ਜੋੜਦਾ ਹੋਇਆ ਚੱਲ ਵੀ ਨੌਜਵਾਨ ਹੈ ਗੱਭਰੂ ਹੈ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਉਧਰ ਵੱਡੇ ਮਾਨਾਂ ਸਨਮਾਨਾਂ ਦੀ ਗੱਲ ਗੁਰਵਿੰਦਰ ਸਾਡਾ ਵੀਰ ਸਪੇਨ ਦੇ ਵਿੱਚ ਬੈਠਾ ਇਹਨਾਂ ਮੈਚਾਂ ਦਾ ਆਨੰਦ ਮਾਣਦਾ ਨਾਲ ਚਮਕੌਰ ਸਿੰਘ ਜੀ ਖੋਸਾ ਉਹ ਵੀ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਨੇ ਇਹਨਾਂ ਦੀ ਵੀਰ ਸਾਰੇ ਭਰਾਵਾਂ ਦਾ ਧੰਨਵਾਦ ਹੈ ਜਦੋਂ ਸਮਾਂ ਮਿਲਿਆ ਇੱਧਰ ਵੱਡਾ ਦੌੜ ਲੱਗਾ ਆਪਾਂ ਸਾਰੇ ਵੀਰਾਂ ਦਾ ਧੰਨਵਾਦ ਜ਼ਰੂਰ ਕਰਾਂਗੇ ਲਾਵੇ ਇੱਧਰ ਪਈ ਕਬੱਡੀ ਖੇਡ ਮੈਦਾਨ ਦੇ ਵਿੱਚ ਉਹ ਹੋ ਗਈ ਬੱਲੇ ਬੱਲੇ ਪਰ ਆਹ ਦੇਖਦੇ ਪੁਆਇੰਟ ਜਿਹੜਾ ਧਾਵੀ ਦੇ ਖਾਤਰ ਜੁੜ ਗਿਆ ਹੈ ਲਓ ਗੋਜੀ ਦੀ ਕਬੱਡੀ ਦੀ ਗੱਲ ਗੁਰਚਰਨ ਸੁਨੇਰ ਲਓ ਸਾਹਮਣੇ ਇੱਕ ਪੂਰੇ ਪਿੰਡ ਆ ਮੁੰਡੇ ਦਾ ਅੰਗਰੇਜ਼ ਸਿੰਘ ਕਬੱਡੀ ਪਾ ਰਿਹਾ ਭਾਵੇਂ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਪਰ ਕਬੱਡੀ ਵੀ ਸੋਹਣੀ ਖੇਡਦਾ ਇੱਕ ਪਾਸੇ ਮੁੰਡਾ ਧਰਮਕੋਟ ਦਾ ਦੂਜੇ ਪਾਸੇ ਕਪੂਰਿਆਂ ਵਾਲਾ ਕਪੂਰਿਆਂ ਵਾਲਾ ਬੱਲੇ 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 ਵਾਹ ਓਏ ਗੱਭਰੂਆ ਉਧਰ ਸਾਡੇ ਗੁਰਜੰਟ ਮਾਨ ਬੱਸਾਂ ਵਾਲੇ ਤੇ ਨਾਲ ਭਾਈ ਦਾਰਾ ਜੀ ਅਸੇਲੀਆ ਵਾਲੇ ਵੱਡੇ ਮਾਨ ਬੋਲਾਂ ਤੋਂ ਖੁਸ਼ ਹੋ ਕੇ 500-500 ਰੁਪਏ ਦੇ ਭੇਜਦੇ ਹੈ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਤੇ ਲੰਬੀਆਂ ਉਮਰਾਂ ਬਖਸ਼ੇ ਨਾ ਭਰਾਵਾਂ ਨੂੰ ਹਰਪ੍ਰੀਤ ਫਿੱਡੂ ਸਾਡਾ ਵੀਰ ਸੰਧੂ ਸਾਹਿਬ ਸ਼ਾਹ ਵਾਲੇ ਦਾ ਤਿੰਨ ਬਰਾਰਿਆਂ ਦੇ ਲਈ ਵੱਡੇ ਮਾਨ 500-500 ਰੁਪਏ ਦੇ ਭੇਜਦੇ ਧੰਨਵਾਦ ਬੱਲੇ ਉਹ ਸੋਹਣਿਆ ਇੱਕ ਵਾਲੇ ਜੋਰ ਕੇ ਦੁਨੀਆ ਲਿਆਉਂਦੀ ਆ ਆ ਦੇਖ ਗੁਰਚਰਨ ਸੁਨੇਰਾ ਵਾਲਿਆ ਰੰਗ ਮਿਹਨਤ ਲਿਆਉਂਦੀ ਆ ਹੈਪੀ ਨੇ ਯੱਫਾ ਲਾ ਦਿੱਤਾ ਖੇਡ ਮੈਦਾਨ ਦੇ ਵਿੱਚ ਚੱਲ ਵੀ ਅਮਨ ਸੰਧੂ ਪਾ ਕਬੱਡੀ ਇਧਰਲੇ ਪਾਸੇ ਸੰਧੂ ਦੀ ਪਈ ਕਬੱਡੀ ਹੈ ਅਗਲਾ ਮੈਚ ਬਾਬਾ ਗੁਰਦਿੱਤਾ ਕਲੱਬ ਡਰੋਲੀ ਭਾਈ ਦੇ ਘੁੰਮਣ ਕਲਾ ਇਹ ਵੀ ਟੀਮਾਂ ਤਿਆਰੀ ਕਰ ਲੈਣ ਮੇਰੇ ਵੀਰੋ ਲਓ ਸਾਹਮਣੇ ਕਬੱਡੀ ਪੈ ਚੁੱਕੀ ਹੈ ਚਾਰ ਜਾਫਿਆਂ ਦੇ ਵਿੱਚੋਂ ਦੇਖਾਂਗੇ ਕੌਣ ਡੱਬੂ ਤੇ ਕੌਣ ਰੱਖੂ ਤੇ ਕਿਹੜਾ ਕਰਾਊ ਬੱਲੇ ਬੱਲੇ ਇਧਰ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਜੁੜ ਗਿਆ ਮੇਰੇ ਵੀਰੋ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਜੁੜ ਗਿਆ ਲਓ ਉਧਰ ਦੁੱਖੀ ਭਿੰਡਰਾਂ ਵਾਲਾ ਕਹਿੰਦਾ ਬਾਈ ਜਿੱਥੇ 15 ਤਰੀਕ ਆਪਣੇ ਪਿੰਡ ਦੀ ਹੈ ਉੱਥੇ 2 ਅਕਤੂਬਰ ਸਵੱਦੀ ਸਰਦਾਰਾਂ ਵਾਲੀ ਉੱਥੇ ਵੀ ਆਪ ਸਭ ਨੂੰ ਸੱਦੇ ਹੈ ਲਓ ਦੇਖੋ ਕਬੱਡੀ ਪੈਂਦੀ ਤੇ ਸਾਹਮਣੇ ਕੁੱਕੀ ਦੇ ਪਿੰਡ ਦਾ ਮੁੰਡਾ ਰਿੰਪੇ ਦੀ ਟੀਮ ਦਾ ਵੱਡਾ ਹਿੱਸਾ ਭੱਲੇ ਭੱਲੇ ਕਰਾਊ ਲਓ ਦੇਖੋ ਸਾਹਮਣੇ ਨਈ ਰੀਸਾਂ ਲੱਗਿਆ ਪਿਆ ਜੋਰ ਭੱਲੇ 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 ਕੀ ਗੁੱਟੋ ਫੜ ਕੇ ਜੜਦੇ ਜਿੰਦਰੇ ਹੱਥ ਛਡਾਵੇ ਨਾ ਓ ਮਾਰ ਸੋਹਣਿਆ ਕੈਂਚੀ ਰੇਡਰ ਸਿੱਕਾ ਜਾਵੇਗਾ ਲਓ ਮੈਚ ਸਮਾਂ ਪਤਾ ਹੈ ਡਰੋਲੀ ਭਾਈ ਦੀ ਟੀਮ ਜੇਤੂ ਇਸ ਮੈਚ ਦੇ ਵਿੱਚੋਂ ਆਓ ਜੀ ਅਗਲੇ